ਗੁਰੂ ਰਾਮਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂਰੈ ਹਰ ਨਾਮ ਦਿਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਹਿ ਪ੍ਰਗਟਿਆ ਮਰਦ ਅਗੰਮੜਾ ਵਰਿਆਮ ਅਕੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੇ
अथ बेन राजे को राज कथनं सुजंता छंद पुनवेन राज महेश भयो जिन दंड काहू तेन लयो पुनवेन राज महेश भयो जिन दंड काहू तेन लयो जिये भात वात सुखी नरा अत गर्व सब छूट ऊर धरा जिये भात भात बसे सुखी तर दिष्ट्यावत ना दुखी सब ठौर ठौर पृथ्वी बसी जन्मभूम राज सिरी लसी एह भात राज कमाए के सुख देश सर्व बसाए के बहु दोख दीन अनके दहे सुन थकत देव समस्त भय बहु राज साज कमाई के सिर अत्र पत्र फिराय के उन जोत जोत विखय मिले और छेन वेन महाबले उन जोत जोत विखय मिले और छेन वेन महाबले। वाहि गुरु जी का खालसा वाहि गुरु जी की फतेह। वाहेगुरु जी का खालसा वाहेगुरु जी की फतेह। तहीं प्रकाश हमारा पयो पटना शहर बिखे पावलयो। साहेब गुरु गोविंद सिंह पातशाह जी पीखन शाह नूं अल्लाह दा जहूर दिखा के शिवदत्त नूं राम रूप दीदार बख्श के अनंत जन्मां तों सखणी चली आ रही गोद माता बिशंबरी देवी राणी मैणी नूं अपनी मां होण दा लकब प्रदान करके अते होर अनेकां बाल कौतक करन तों बाद जद अमृत बचन बरसाउंदिया होया मेरा बरसाउंदिया होया मदर देश लई रवाना होण लगे तां पटना दियां संगतां ने चरण पकड़ ले बेनती कीती महाराज साडा सुभा बन गया है पहले आप जी दे दीदार करते हाँ तां कोई कारोबार करते हाँ हुण आप जा रहे हो साडा जीवना नहीं हो सकेगा हों रह ना सकां बिन देखे प्रीतमा मैं नीर वह वह चले जी हो। साहेब मुस्कुराए आख्या चिंता ना करो असी थोड़े वास्ते अपना ओ पंगूड़ा जिसते सब तो पहले संसार ते आके विराजे हाँ उस पंगूड़े ते साहेब जी का प्रकाश है जिथे भाई साहब खड़े होके चौर कर रहे हैं ओ पावन पुरातन पंगूड़ा है अते अपने गात्रे दे शस्त्र रखवा के जा रहे जो भी श्रद्धा प्रेम अकीदत सहित इन्हों दा दीदार करेगा उसनू साडे प्रतख दीदार दा फल प्राप्त होवेगा। आओ सारे नाले दीदार करिए ते नाले जयकारे बुला के सत्कार करिए। ये महाराज जी दे गात्रे दा पावन पवित्र अद्भुत शस्त्र है। इसका नाम सैफ है।
ਮਹਾਰਾਜ ਇਸ ਨੂੰ ਕਮਰ ਕਸੇ ਧਾਰਨ ਕਰਦੇ ਰਹੇ ਹਨ। ਇਹ ਮਹਾਰਾਜ ਜੀ ਦੇ ਦੋ ਚੱਕਰ ਹਨ, ਸਾਹਿਬ ਸੀਸ ਦੇ ਉੱਪਰ ਧਾਰਨ ਕਰਦੇ ਰਹੇ ਹਨ। ਇਹ ਛੋਟੀ ਚੱਕਰੀ ਹੈ ਸਾਹਿਬ ਦੁਮਾਲੇ ਦੇ ਹੇਠੋਂ ਆਪਣੇ ਕੇਸਾਂ ਵਿੱਚ ਧਾਰਨ ਕਰਦੇ ਰਹੇ ਹਨ। ਇਹ ਅਕਾਲ ਪੁਰਖੀ ਅਸੀਮ ਸੱਤਾ ਦਾ ਪ੍ਰਤੀਕ ਖੰਡਾ ਹੈ। ਮਹਾਰਾਜ ਸਾਹਿਬ ਸਾਹਮਣੇ ਮਸਤਕ 'ਤੇ ਧਾਰਨ ਕਰਦੇ ਰਹੇ ਹਨ। ਇਹ ਚੰਦਨ ਦਾ ਬਣਿਆ ਹੋਇਆ ਕੰਘਾ ਹੈ। ਮਹਾਰਾਜ ਜੀ ਦੇ ਕੇਸਾਂ ਦੀ ਸੇਵਾ ਦਾ ਢੇਰ ਸਮਾਂ ਇਸ ਨੂੰ ਸੁਭਾਗ ਪ੍ਰਾਪਤ ਰਿਹਾ ਹੈ। ਇਹ ਸਤਿਗੁਰੂ ਜੀ ਦਾ ਖੰਜਰ ਹੈ, ਦੂਸਰਾ ਇਸ ਦਾ ਨਾਮ ਬਾਘ ਨੱਖੀ ਹੈ। ਮਹਾਰਾਜ ਕਮਰ ਕੱਸੇ ਧਾਰਨ ਕਰਦੇ ਰਹੇ ਹਨ। ਇਹ ਸਾਹਿਬ ਜੀ ਦਾ ਅਜ਼ੀਮੁਲ ਸ਼ਾਨ ਕਟਾਰ ਹੈ। ਸਾਹਿਬ ਨੇ ਬੜੀ ਦਫਾ ਇਸ ਨੂੰ ਆਪਣੇ ਦਸਤੇ ਮੁਬਾਰਕ ਦਾ ਸਪਰਸ਼ ਪ੍ਰਦਾਨ ਕੀਤਾ। ਕਮਰ ਕੱਸੇ ਧਾਰਨ ਕਰਦੇ ਰਹੇ ਹਨ। ਇਹ ਮਿੱਟੀ ਦਾ ਮਾਮੂਲੀ ਗੁਲੇਲਾ ਹੈ, ਪਰ ਸਾਹਿਬ ਜੀ ਦੇ ਸਪਰਸ਼ ਹੋ ਜਾਣ ਕਰਕੇ ਦੁਨੀਆਂ 'ਤੇ ਕਿਸੇ ਦੌਲਤ ਦੇ ਅੰਬਾਰ ਲਗਾ ਕੇ ਵੀ ਇਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਇਹਦੀ ਭੇਟਾ ਹੀ ਹੋ ਸਕਦਾ। ਸਾਹਿਬ ਮਟਕੇ ਵੀ ਇਸ ਨਾਲ ਫੋੜ ਦਿੰਦੇ ਅਤੇ ਪਰਉਪਕਾਰ ਹਿਰਦਾ ਮਾਤਾ ਜੀਆਂ ਦਾ ਪਰਉਪਕਾਰ ਨਾਲ ਭਰਿਆ ਹੋਇਆ ਹਿਰਦਾ ਪਾਣੀ ਭਰਨ ਆਈਆਂ ਤ੍ਰੀਮਤਾਂ ਨੂੰ ਉਹ ਧਾਤੂ ਪਿੱਤਲ ਆਦਿਕ ਦੀਆਂ ਗਾਗਰਾਂ ਦੇ ਦਿੰਦੇ। ਮਹਾਰਾਜ ਜੀ ਨੇ ਇਸ ਨੂੰ ਨਿਵਾਜਿਆ ਹੈ, ਆਪ ਜੀ ਦੇ ਦਰਸ਼ਨ ਲਈ ਮੌਜੂਦ ਹੈ। ਇਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਚਾਰ ਤੀਰ ਹਨ। ਇੱਕ ਦਿਨ ਮਹਾਰਾਜ ਜੀ ਨੇ ਤੀਰ ਚਲਾਇਆ ਅਤੇ ਸਾਹਮਣੇ ਪਾਣੀ ਭਰ ਕੇ ਲੈ ਜਾ ਰਹੀ ਇੱਕ ਬੀਬੀ ਦੇ ਧਾਤੂ ਕਲਸ਼ ਦੇ ਵਿੱਚ ਲੱਗਿਆ। ਉਸਨੇ ਰੋਂਦੀ ਹੋਈ ਨੇ ਮਾਤਾ ਜੀ ਦੇ ਚਰਨ ਪਕੜੇ। ਸਾਹਿਬ ਹੱਸ ਰਹੇ ਸਨ, ਮੁਸਕਰਾ ਰਹੇ ਸਨ। ਮਾਤਾ ਜੀ ਨੇ ਫੁਰਮਾਇਆ, ਲਾਲ ਜੀ ਉਹ ਰੋ ਰਹੀ ਹੈ, ਤੁਸੀਂ ਹੱਸ ਰਹੇ ਹੋ। ਸਾਹਿਬ ਕਹਿਣ ਲੱਗੇ, ਅਸੀਂ ਕੋਈ ਹਾਸਾ ਮਖੌਲ ਨਹੀਂ ਕਰ ਰਹੇ, ਅਸੀਂ ਤਾਂ ਇਹਨਾਂ ਦੇ ਪਰਿਵਾਰ ਦੇ ਪ੍ਰਾਣਾਂ ਦੀ ਰਾਖੀ ਕੀਤੀ ਹੈ। ਆਖਿਆ ਉਹ ਕਿਸ ਤਰ੍ਹਾਂ? ਜਦ ਲਾਗੇ ਜਾ ਕੇ ਦੇਖਿਆ ਤਾਂ ਇਸ ਵਿੱਚ ਇੱਕ ਕਾਲਾ ਜ਼ਹਿਰੀਲਾ ਫਨੀਅਰ ਨਾਗ ਵਿੰਨਿਆ ਪਿਆ ਸੀ। ਇਸ ਕੌਤਕ ਨੂੰ ਦੇਖ ਕੇ ਸਭ ਸੰਗਤਾਂ ਮਹਾਰਾਜ ਦੇ ਚਰਨਾਂ 'ਤੇ ਟਹਿ ਪਈਆਂ। ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਗਰੀਬ ਨਵਾਜ਼ ਇਸ ਵਿਹੜੇ ਵਿੱਚ ਟਹਿਲਦਿਆਂ ਹੋਇਆਂ ਜੋ ਖੜਾਵਾਂ ਪਹਿਨਦੇ ਸਨ ਉਹ ਵੀ ਆਪ ਜੀ ਦੀਦਾਰ ਕਰੋ, ਚੰਦਨ ਦੀਆਂ ਬਣੀਆਂ ਹੋਈਆਂ। ਸਾਹਿਬ ਗੁਰੂ ਗੋਬਿੰਦ ਸਿੰਘ ਗਰੀਬ ਨਵਾਜ਼ ਪਾਤਸ਼ਾਹ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਆਪ ਜੋ ਖੜਾਵਾਂ ਪਹਿਨਦੇ ਸਨ ਹਾਥੀ ਦੰਦ ਦੀਆਂ ਬਣੀਆਂ ਹੋਈਆਂ, ਆਪ ਦੀਦਾਰ ਕਰੋ। ਸਾਹਮਣੇ ਜੋ ਤਿੰਨ ਹਿੱਸਿਆਂ ਵਿੱਚ ਇੱਕ ਫਰੇਮ ਹੈ ਲੱਕੜ ਦਾ,
ਇਹ ਭਗਤ ਕਬੀਰ ਜੀ ਦੀ ਖੱਡੀ ਹੈ, ਅਸਲੀ ਖੱਡੀ ਹੈ। ਇਸ ਨਾਲ ਆਪ ਤਾਣਾ ਪੇਟਾ ਪਾ ਕੇ ਤਾਣੀਆਂ ਤਿਆਰ ਕਰਦੇ, ਵੇਚ ਕੇ ਰੁਜ਼ਗਾਰ ਅਤੇ ਵੰਡ ਕੇ ਪਰਉਪਕਾਰ ਕਰਦੇ। ਤਖਤ ਸਾਹਿਬ ਜੀ ਵਿਖੇ ਬਹੁਤ ਸਤਿਕਾਰ ਸਹਿਤ ਇਸ ਨੂੰ ਬਿਰਾਜਮਾਨ ਕਰਾਇਆ ਹੋਇਆ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਇਹ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਜਦ ਸਾਹਿਬ ਜੀ ਦਾ ਜਨਮ ਹੋਇਆ ਇਸ ਥਾਂ 'ਤੇ, ਸੰਗਤਾਂ ਨੇ ਬਹੁਤ ਸਮਾਗਮ ਕੀਤੇ, ਬਹੁਤ ਲੰਗਰ ਚੱਲੇ ਔਰ ਤਰ੍ਹਾਂ ਤਰ੍ਹਾਂ ਨਾਲ ਖਰਚ ਕੀਤਾ। ਸ਼੍ਰੀ ਮਾਤਾ ਜੀ ਨੇ ਸਾਰਾ ਬਿਰਤਾਂਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਲਿਖਿਆ, ਆਪ ਨੇ ਪੜ੍ਹ ਕੇ ਹੁਕਮਨਾਮਾ ਭੇਜਿਆ, ਜਿਸ ਦੇ ਬੋਲ ਹਨ, ਗੁਰੂ ਸਤ ਸਰਬੱਤ ਸੰਗਤ ਪਟਨੇ ਕੀ ਜਿਨ ਸਿੱਖ ਵਾਹਿਗੁਰੂ ਕੀਆ ਹੈ ਤਿਸਕੇ ਮਨੋਰਥ ਪੂਰੇ ਹੋਵੇਗੇ। ਗੋਬਿੰਦ ਦਾਸ ਕੀ ਵਧਾਈ ਉੱਪਰ ਸੰਗਤ ਖਰਚ ਕੀਆ, ਗੁਰੂ ਕੀ ਦਰਗਾਹ ਥਾਏਂ ਪਿਆ, ਰੁਪਈਏ ਕੀ ਮੋਰ ਸਭ ਥਾਏਂ ਪੜੀ, ਪਿੱਛੇ ਸੇਵਾ ਕੀਤੀ ਸਭ ਥਾਏਂ ਪਈ, ਅੱਗੇ ਜੋ ਸੇਵਾ ਕਰੇਗਾ ਤਿਸਕਾ ਭਲਾ ਹੋਵ, ਸੰਗਤ ਕੇ ਰੁਜ਼ਗਾਰ ਮੋਹ ਬਰਕਤ ਹੋ। ਭਾਈ ਜੀ ਸਰੂਪਾ ਉਹ ਭੇਜਿਆ ਹੈ, ਪਟਨਾ ਗੁਰੂ ਕਾ ਘਰ ਹੈ, ਸੰਗਤ ਕਾ ਭਲਾ ਹੋਗ। ਇਸੇ ਤਰ੍ਹਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮਨਾਮੇ ਹਨ, ਆਪ ਦੀਦਾਰ ਕਰੋ ਅਤੇ ਨਮਸਕਾਰ ਕਰੋ। ਸਾਹਮਣੇ ਮਾਤਾ ਜੀ ਦਾ ਖੂਹ ਹੈ, ਮਹਾਰਾਜ ਜੀ ਦਾ ਇਸ਼ਨਾਨ ਜਨਮ ਵੇਲੇ ਇਸੇ ਖੂਹ ਦੇ ਜਲ ਨਾਲ ਕਰਾਇਆ ਗਿਆ ਸੀ। ਅੱਜ ਤੱਕ ਹਰ ਰੋਜ਼ ਅੰਮ੍ਰਿਤ ਵੇਲੇ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸੇ ਹੀ ਜਲ ਨਾਲ ਰੋਜ਼ ਇਸ਼ਨਾਨ ਕਰਦੇ ਆ। ਆਪ ਸਵੇਰੇ 3:15 ਵਜੇ ਆ ਕੇ ਦਰਸ਼ਨ ਕਰ ਸਕਦੇ ਹੋ। ਇਸ ਪਾਸੇ 15 ਸਾਲ ਦੀ ਅਵਸਥਾ 'ਚ ਜੋ ਚੋਲੇ ਸਾਹਿਬ ਪਹਿਨਦੇ ਸਨ, ਉਹਨਾਂ 'ਚੋਂ ਇੱਕ ਚੋਲਾ ਆਪ ਜੀ ਦੇ ਦੀਦਾਰ ਲਈ ਹੈ। ਤਖਤ ਪਟਨਾ ਸਾਹਿਬ ਜੀ ਦੇ ਨਾਲ ਹੋਰ ਵੀ ਚਰਨ ਸੋ ਅਸਥਾਨ ਹਨ ਮਹਾਰਾਜ ਦੇ, ਜਿਵੇਂ ਸਭ ਤੋਂ ਪਹਿਲਾ ਅਸਥਾਨ ਗਊ ਘਾਟ ਹੈ, ਉਸ ਦੇ ਨਾਲ ਹੀ ਸੋਨਾਰ ਟੋਲੀ ਗੁਰਦੁਆਰਾ ਹੈ ਭਾਈ ਮਰਦਾਨਾ ਜੀ ਦਾ, ਇੱਕੋ ਹੀ ਗੁਰਦੁਆਰਾ ਹੈ ਭਾਈ ਮਰਦਾਨਾ ਜੀ ਦਾ ਸਾਰੀ ਦੁਨੀਆ 'ਚ। ਇੱਥੇ ਉਹਨਾਂ ਨੇ ਗੁਰੂ ਨਾਨਕ ਵੱਲੋਂ ਮਿਲਿਆ ਲਾਲ ਨੁਮਾਇਆ ਕੀਤਾ ਸੀ। ਇਸੇ ਤਰ੍ਹਾਂ ਫਿਰ ਗੁਰਦੁਆਰਾ ਕੰਗਣ ਘਾਟ ਹੈ, ਗੁਰੂ ਕਾ ਬਾਗ ਹੈ। ਗੁਰੂ ਕਾ ਬਾਗ, ਕੰਗਣ ਘਾਟ, ਗਊ ਘਾਟ ਅਤੇ ਸੋਨਾਰ ਟੋਲੀ ਦੀ ਸੇਵਾ ਸੰਤ ਬਾਬਾ ਹਰਬੰਸ ਸਿੰਘ ਜੀ, ਪੰਥ ਰਤਨ ਮਹਾਂਪੁਰਖ, ਉਹਨਾਂ ਵੱਲੋਂ ਨਿਭਾਈ ਜਾ ਰਹੀ ਹੈ। ਇਸੇ ਤਰ੍ਹਾਂ ਬਾਲ ਲੀਲਾ ਅਸਥਾਨ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖ ਕਰ ਰਹੇ ਹਨ। ਗੁਰਦੁਆਰਾ ਹਾਂਡੀ ਸਾਹਿਬ ਗੁਰੂ ਪਾਤਸ਼ਾਹ ਜੀ ਦਾ ਖਿਚੜੀ, ਜਿੱਥੇ ਮਹਾਰਾਜ ਨੇ ਇੱਕ ਮਾਤਾ ਕੋਲੋਂ ਲੈ ਕੇ ਸਕੀ, ਬੜਾ ਸੁਭਾਗਸ਼ਾਲੀ ਅਸਥਾਨ ਹੈ। ਇਸੇ ਤਰ੍ਹਾਂ ਰਾਜਗੀਰ ਮਹਾਰਾਜ ਜੀ ਦਾ ਅਸਥਾਨ, ਸ਼ੀਤਲ ਕੁੰਡ ਗੁਰੂ ਨਾਨਕ ਦਾ ਚਰਨਾਮ੍ਰਿਤ ਹੈ। ਜਦ ਸਾਰੇ ਕੁੰਡ ਤਪ ਰਹੇ ਸਨ, ਗੰਦਕੀ ਇਲਾਕਾ ਹੈ, ਪਾਣੀ ਜਦ ਗੰਧਕ ਦੇ ਨਾਲ ਸੁੰਦਾ ਹੈ ਅਤੇ ਗਰਮ ਹੋ ਜਾਂਦਾ, ਕੈਮੀਕਲੀ ਰਿਐਕਸ਼ਨ ਹੈ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਪੀਣ ਵਾਲਾ ਪਾਣੀ ਨਹੀਂ ਹੈ। ਸਾਹਿਬ ਨੇ ਪ੍ਰਸੰਨ ਹੋ ਕੇ ਉਬਲਦੇ ਹੋਏ ਉਬਾਲਿਆਂ ਨਾਲ
ਆਪਣਾ ਚਰਨ ਕਮਲ ਸੁਆਇਆ ਤੇ ਕ੍ਰਿਸ਼ਮਾ ਵਰਤਿਆ, ਪਾਣੀ ਠੰਡਾ ਠਾਰ ਹੋ ਗਿਆ, ਪੀਣ ਦੇ ਕਾਬਲ ਹੋ ਗਿਆ। ਅੱਜ ਵੀ ਟੋਟਲ 22 ਕੁੰਡ ਹਨ, 21 ਦਾ ਪਾਣੀ ਗਰਮ ਹੈ, ਤਪਿਆ ਹੋਇਆ ਹੈ, ਅਤੇ ਜਿਸ ਦੇ ਗੁਰੂ ਨਾਨਕ ਨੇ ਚਰਨ ਸੁਆਇਆ ਉਹ ਪਾਣੀ ਅੱਜ ਵੀ ਠੰਡਾ ਹੈ। ਉਸਦੀ ਸੇਵਾ ਸੰਤ ਬਾਬਾ ਮਹਿੰਦਰ ਸਿੰਘ ਜੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਇੰਗਲੈਂਡ ਵਾਲੇ ਕਰ ਰਹੇ ਹਨ। ਇੱਥੇ ਬਹੁਤ ਵੱਡਾ ਦੀਵਾਨ ਅਸਥਾਨ, ਇਸ ਪਾਸੇ ਨਾਲ ਹੀ ਉਹੀ ਮਹਾਂਪੁਰਖ ਬਣਾ ਰਹੇ ਹਨ। ਅਨੇਕਾਂ ਪ੍ਰਕਾਰ ਦੀਆਂ ਸੇਵਾਵਾਂ ਤਖ਼ਤ ਪਟਨਾ ਸਾਹਿਬ ਵਿਖੇ ਰਿਕੁਆਇਰਡ ਹਨ। ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਹ ਨਵੇਂ ਕਮਰੇ ਬਣ ਰਹੇ ਹਨ। ਹੋਰ ਸਰਾਵਾਂ ਦਾ ਨਿਰਮਾਣ ਹੋਣਾ ਹੈ, ਲੰਗਰਾਂ ਦਾ ਬਹੁਤ ਸਾਰਾ ਸੇਵਾ ਦਾ ਕੁੰਭ ਚੱਲ ਰਿਹਾ, ਸਮਾਗਮਾਂ ਦੀ ਸੇਵਾ ਹੈ, ਇਮਾਰਤ ਦੀ ਸੇਵਾ ਹੈ। ਇਸ ਇਮਾਰਤ ਵਿੱਚ ਵੀ ਜਿੱਥੇ ਤੁਸੀਂ ਬੈਠੇ ਹੋ ਬਹੁਤ ਕੁਛ ਹਾਲੇ ਕਰਨ ਵਾਲਾ ਹੈ। ਮਹਾਰਾਜ ਜੀ ਦੀਆਂ ਖੜਾਵਾਂ ਦੀ ਸੇਵਾ ਹੈ, ਪੰਗੋੜੇ ਸਾਹਿਬ ਦੇ ਸੋਨੇ ਦੀ ਸੇਵਾ ਹੈ, ਇਤਿਹਾਸਕ ਸੇਵਾਵਾਂ ਚੱਲ ਰਹੀਆਂ ਹਨ। ਉੱਪਰ ਅਖੰਡ ਪਾਠ ਸਾਹਿਬ ਜੀ ਦੇ ਅਸਥਾਨ ਹਨ, ਉਹਨਾਂ ਦੀਆਂ ਸੇਵਾਵਾਂ ਹਨ। ਆਪ ਆਪਣਾ ਦਸਵੰਧ ਭੇਟਾ ਕਰਕੇ ਜਿਸ ਚੀਜ਼ ਲਈ ਆਪ ਸੇਵਾ ਕਰੋ, ਰਸੀਦ 'ਤੇ ਉਹ ਮੈਨਸ਼ਨ ਕਰਵਾ ਲਿਆ ਕਰੋ, ਲਿਖਵਾ ਲਿਆ ਕਰੋ ਬਈ ਇਹ ਸੇਵਾ ਖੜਾਵਾਂ ਵਾਸਤੇ ਹੈ, ਇਹ ਸੇਵਾ ਇਮਾਰਤ ਵਾਸਤੇ ਹੈ। ਵੱਖ ਵੱਖ ਪ੍ਰਕਾਰ ਦੀ ਸੇਵਾ ਦੇ ਕੋਰਸ ਵਿੱਚ ਉਹ ਤੁਹਾਡੀ ਮਾਇਆ ਜਿੱਥੋਂ ਲਈ ਹੈ ਉੱਥੇ ਪਹੁੰਚ ਜਾਏ। ਰਸੀਦ ਲੈਣ ਦਾ ਮਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ 'ਚ ਤੁਹਾਡੀ ਮਾਇਆ ਜਮ੍ਹਾਂ ਹੋ ਗਈ। ਜੋ ਇਸ ਤਰ੍ਹਾਂ ਹੀ ਕਿਸੇ ਨੂੰ ਫੜਾ ਦੇਵੋਗੇ ਉਸ ਵਿੱਚ ਤੌਖਲਾ ਬਣਿਆ ਰਹਿੰਦਾ, ਇਸ ਲਈ ਰਸੀਦਾਂ ਜ਼ਰੂਰ ਪ੍ਰਾਪਤ ਕਰੋ। ਬਾਕੀ ਜਿਹੜੀ ਤਖ਼ਤ ਪਟਨਾ ਸਾਹਿਬ ਜੀ ਦੀ ਰਸੀਦ ਹੈ ਉਹ ਟੈਕਸ ਐਗਜ਼ੈਂਪਟ ਹੈ, ਇਨਕਮ ਟੈਕਸ ਦੀ ਧਾਰਾ 80G ਦੇ ਮੁਤਾਬਕ ਉਹ ਸਾਰੀ ਰਿਬੇਟ ਮਿਲ ਜਾਂਦੀ ਹੈ। ਦੋ ਲਾਭ ਹੋ ਸਕਦੇ ਹਨ, ਨਾਲੇ ਤੁਸੀਂ ਮਾਇਆ ਮਹਾਰਾਜ ਦੇ ਖਜ਼ਾਨੇ 'ਚ ਪਾ ਸਕਦੇ ਹੋ ਅਤੇ ਨਾਲੇ ਇਨਕਮ ਟੈਕਸ ਵੀ ਬਚਾ ਸਕਦੇ। ਇਸ ਲਈ ਸਭ ਨੇ ਜੋ ਤਿਲ ਫੁੱਲ ਹੈ ਸੇਵਾ ਮਹਾਰਾਜ ਦੇ ਚਰਨਾਂ 'ਚ ਜ਼ਰੂਰ ਭੇਟਾ ਕਰਨੀ। ਇੱਥੇ ਬਹੁਤ ਲੋਕ ਨੇ ਜੋ ਸ਼ਹਿਨਸ਼ਾਹ ਹਨ, ਇੱਕੋ ਹੀ ਬੰਦਾ ਸਭ ਕੁਝ ਕਰ ਸਕਦਾ ਹੈ, ਪਰ ਸਾਰਿਆਂ ਦਾ ਹਿੱਸਾ ਪਵੇ। ਇੱਕੋ ਬੰਦੇ ਨੂੰ ਹੀ ਤਾਂ ਮਹਿਲ ਨਹੀਂ ਨਾ ਚਾਹੀਦੇ, ਬਾਕੀਆਂ ਨੂੰ ਵੀ ਚਾਹੀਦੇ ਹਨ। ਇੱਕੋ ਹੀ ਬੰਦੇ ਨੂੰ ਖੁਸ਼ੀਆਂ ਮਿਲਣ ਐਸਾ ਨਹੀਂ, ਸਭ ਨੂੰ ਮਿਲਣੀਆਂ ਚਾਹੀਦੀਆਂ। ਇਸ ਲਈ ਆਪਣਾ ਆਪਣਾ ਹਿੱਸਾ ਪਾ ਕੇ ਆਪਣਾ ਆਪਣਾ ਖਾਤਾ ਮਹਾਰਾਜ ਦੇ ਘਰ ਖੁਲਵਾਓ। ਸਤਿਗੁਰੂ ਮਿਹਰਾਂ ਕਰ ਦੇਣ, ਜਿਨ੍ਹਾਂ ਨੂੰ ਰਿਹਾਇਸ਼ ਨਹੀਂ ਮਿਲੀ ਉਹ ਦਫ਼ਤਰ ਵਿੱਚ ਸੰਪਰਕ ਕਰਕੇ ਰਿਹਾਇਸ਼ ਲੈ ਸਕਦੇ ਹਨ। ਬਾਰੰਬਾਰ ਸਭ ਦਾ ਧੰਨਵਾਦ। ਕੀ ਨਾਮ ਹੈ? ਹੁਣ ਇਸ ਵੇਲੇ ਬਿਲਾਵਲ ਚੌਂਕੀ ਕੇ ਗਾਇਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਆਪ ਨੂੰ ਸਰਵਣ ਕਰਾ ਰਹੇ ਹਨ। ਆਨੰਦ ਪ੍ਰਾਪਤ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।
मैं तान दीवान तू है मेरे स्वामी, मैं तुझ आगे अरदास, मैं होर थो नहीं जिस पह करूं बेनंती, मेरा दुख सुख तुद ही पास, निमाण्यों के मान गुरु नितान्यों के थान नियोटियों गरीब निवास मुलालन सो पीत बनी, मुलालन सो पीत बनी, मुलालन सो पीत बनी, प्रीत बनी तोरी ना टूटे छोरी ना छूटे, तोरी ना टूटे छोरी ना छूटे, तोरी ना टूटे छोरी ना छूटे, ऐसे माधो चतनी मुलालन सो पीत बनी, मुलालन सो पीत बनी, मुलालन लालन जा रीत बनी बने, मुलालन सो पीत बनी, मुलालन सो पीत बनी, तोरी ना टूटे छोरी ना छूटे, तोरी ना टूटे छोरी ना छूटे, ऐसी मानो खिंच तनी मुलालन सो पीत बनी, मुलालन सो प्रीत बनी, दिन सरैन मन माहे बसत है, दिन सरैन मन माहे बसत है, कर कृपा प्रभु अपनी, तू कर कृपा प्रभु अपनी, मुलालन प्रीत बनी, मुलालन सो प्रीत बनी, तोरी ना टूटे छ
छोरी ना छूटे तोरी ना टूटे छोरी ना छूटे ऐसी माधो खिंच तनी मुलालन सो प्रीत बनी मुलालन सो प्रीत बनी पल पल जाऊं श्याम सुंदर को पल पल जाऊं श्याम सुंदर को अकत कथा जागी बात सुनी अकत कथा जागी बात सुनी कथा जागी बात सुनी जन नानक दासन दास कहियत है जन नानक दासन दास कहियत है मोह करो कृपा ठाकुर अपनी मोह करो कृपा ठाकुर अपनी मुलालन सो प्रीत बनी मुलालन सो प्रीत बनी तोरी ना टूटे छोरी ना छूटे तोरी ना टूटे छोरी ना छूटे ऐसी मांगो किंच तनी मुलालन सो प्रीत बनी मुलालन सो मुलालन सो मुलालन सो प्रीत बनी।